पोल्यूशन तो रहत ने, सब तो वधिया नवी टेक्नोलॉजी है, फ्यूल तो रहत ने, ना कोई आवाज कर देने। मेनू लगदा है टेक्नोलॉजी अगे बहुत वधनी चाहीदी है, टेक्नोलॉजी वधनी चाहीदी है, ते होर वी इहो जिहे व्हीकल्स आउणे चाहीदे ने जी। हुण तां बड़ियां कंपनीज़ वी हाइब्रिड कारां लॉन्च कर रहियां ने, ते लोकां नूं वी चाहीदा कि हाइब्रिड वल ਵਧਨ ਤੇ ਪੋਲਿਊਸ਼ਨ ਜਿਹੜਾ ਹੋ ਰਿਹਾ ਧਰਤੀ ਤੇ ਉਹ ਘਟੇ ਨਾ। ਪੰਜਾਬ ਸਰਕਾਰ ਨੇ ਵੀ ਕੱਲ ਇਸ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਔਰ 15% ਰੋਡ ਟੈਕਸ ਦੇ ਵਿੱਚ ਵੀ ਛੂਟ ਦਿੱਤੀ ਗਈ ਹੈ। ਕਿੰਨਾ ਕੁ ਲਾਭ ਹੋਏਗਾ ਇਸ ਨਾਲ ਪੰਜਾਬ ਨੂੰ? ਦੇਖੋ ਬਹੁਤ ਫਾਇਦਾ ਹੋਊਗਾ ਲੋਕਾਂ ਦਾ, ਜਿਨ੍ਹਾਂ ਦਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਸਬਸਿਡੀ ਪ੍ਰੋਵਾਈਡ ਕੀਤੀ ਹੈ, ਤੇ ਆਪਣਾ ਅੱਗੇ ਰੁਜ਼ਗਾਰ ਵੀ ਕਰ ਸਕਦੇ ਨੇ, ਜਿਵੇਂ ਕਿ ਆਟੋ ਰਿਕਸ਼ਾਜ਼ ਨੇ ਜਿਹੜੇ ਇਲੈਕਟ੍ਰਿਕ ਨੇ, ਇਹਨਾਂ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ, ਰੁਜ਼ਗਾਰ ਲਈ ਵੀ ਫਾਇਦਾ ਹੋਊਗਾ, ਤੇ ਵੈਸੇ ਪੋਲਿਊਸ਼ਨ ਦਾ ਵੀ ਫਾਇਦਾ ਹੋਊਗਾ ਵੀ ਪੋਲਿਊਸ਼ਨ ਘੱਟ ਹੋਊਗਾ ਜੀ। ਤੁਹਾਡੇ ਤੋਂ ਵੀ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਤੁਹਾਡਾ ਵਹੀਕਲ ਵੀ ਈਵੀ ਹੋ? ਹੋਪਫੁਲੀ ਜੀ, ਮੈਂ ਤਾਂ ਚਾਹੁੰਦੀ ਹਾਂ, ਇਹ ਤਾਂ ਬਹੁਤ ਵਧੀਆ ਸਟੈਪ ਹੈ ਤੇ ਹੋਣਾ ਚਾਹੀਦਾ, ਸਾਰਿਆਂ ਦੇ ਹੀ ਹੋਣਾ ਚਾਹੀਦਾ ਜੀ, ਇਕੱਲਾ ਮੇਰਾ ਨਹੀਂ। ਨਹੀਂ ਸਾਰੇ, ਹਾਂ ਜੀ ਕਰੇਂਗੇ, ਇਹ ਤਾਂ ਮਤਲਬ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਲੱਗਦੇ ਰਹਿਣਗੇ ਐਗਜੀਬਿਸ਼ਨਸ ਵੱਖਰੇ ਵੱਖਰੇ ਸਿਟੀਜ਼ 'ਚ, ਤਾਂ ਵਧੀਆ ਲੋਕ ਪ੍ਰੇਰਿਤ ਹੋਣਗੇ ਅਤੇ ਇੱਧਰ ਜਾਣਗੇ ਹਾਈਬ੍ਰਿਡ ਕਾਰਾਂ ਵੱਲ। ਥੈਂਕ ਯੂ। ਸਿੱਖਿਆ ਦੇ ਮਾਮਲੇ 'ਚ ਸਾਡੇ ਕੋਲ ਬਹੁਤ ਕਮਾਲ ਦੇ ਟੀਚਰਸ ਨੇ, ਟੈਲੈਂਟ ਦੀ ਕੋਈ ਕਮੀ ਨਹੀਂ। ਸਾਡੇ ਕੋਲ ਬਹੁਤ ਕਮਾਲ ਦੇ ਸਟੂਡੈਂਟ ਨੇ, ਟੈਲੈਂਟ ਦੀ ਕੋਈ ਕਮੀ ਨਹੀਂ। ਥੋੜ੍ਹਾ ਜਿਹਾ ਪਲੇਟਫਾਰਮ ਦੀ ਜਾਂ ਉਹਨਾਂ ਨੂੰ ਅਪਡੇਟ ਕਰਨ ਦੀ ਕਮੀ ਸੀ, ਜੋ ਕਿ ਅਸੀਂ ਅੱਜ ਤੋਂ ਆਰੰਭ ਕਰਤੀ ਹੈ ਕਿ ਅਪਡੇਟ ਰਵਾਂਗੇ ਦੁਨੀਆ ਨਾਲ, ਕਿਉਂਕਿ ਅੱਜ ਦੀ ਦਿਨ 'ਚ ਦੁਨੀਆ ਇੱਕ ਪਿੰਡ ਬਣ ਗਈ ਹੈ ਗਲੋਬਲਾਈਜੇਸ਼ਨ ਕਰਕੇ, ਜਿੱਥੇ ਅਮੈਰੀਕਾ ਦੇ ਬੱਚੇ, ਜਿੱਥੇ ਨਾਈਜੀਰੀਆ ਦੇ ਬੱਚੇ, ਜਿੱਥੇ ਸ਼੍ਰੀਲੰਕਾ ਦੇ ਬੱਚੇ, ਜਿੱਥੇ ਆਸਟ੍ਰੇਲੀਆ ਦੇ ਬੱਚੇ, ਸਿੰਗਾਪੁਰ ਦੇ, ਹਾਲੈਂਡ ਦੇ, ਬੈਲਜੀਅਮ, ਫਰਾਂਸ ਦੇ ਬੱਚੇ ਪੇਪਰ ਦਿੰਦੇ ਨੇ, ਉਹ ਇੱਕੋ ਜਗ੍ਹਾ ਬਣ ਗਈ ਹੁਣ। ਸੋ ਪਾਣੀ ਜਿਹੜਾ ਇੱਕੋ ਪੁਲ ਥੱਲੋਂ ਦੀ ਲੰਘਣ ਲੱਗ ਗਿਆ, ਉੱਥੇ ਜਾ ਕੇ ਸਾਡੇ ਬੱਚੇ ਥੋੜ੍ਹਾ ਜਿਹਾ ਨਰਵਸ ਫੀਲ ਕਰ ਜਾਂਦੇ ਨੇ, ਜਾਂ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦੇ ਨੇ ਕਿ ਆਹ ਚੀਜ਼ਾਂ ਸਾਨੂੰ ਪੜ੍ਹਾਈਆਂ ਨਹੀਂ ਗਈਆਂ ਜਿਹੜੀਆਂ, ਕਿਉਂਕਿ ਪੇਪਰ ਇੱਕ ਥਾਂ 'ਤੇ ਹੋ ਰਿਹਾ ਪਰ ਫੈਸਿਲਿਟੀਆਂ ਉਨੀਆਂ ਨਹੀਂ ਮਿਲੀਆਂ। ਤਾਂ ਫਿਰ ਅਸੀਂ ਇਹ ਫੈਸਲਾ ਕੀਤਾ ਕਿ 36 ਪ੍ਰਿੰਸੀਪਲਾਂ ਦਾ, ਜਿਹੜਾ ਪੂਰੇ ਪੰਜਾਬ ਤੋਂ ਪ੍ਰਿੰਸੀਪਲ ਚੁਣੇ ਹੋਏ ਨੇ, ਇਸ ਤਰੀਕੇ ਦੀ ਪਲੈਨਿੰਗ ਕੀਤੀ ਕਿ ਜਿਹੜੇ 36 ਮੁੜ ਕੇ ਆਉਣਗੇ ਇਹਨਾਂ ਨੂੰ ਪੰਜਾਬ ਦੇ ਸਕੂਲਾਂ 'ਚ ਕਿਸ ਤਰੀਕੇ ਨਾਲ ਭੇਜਿਆ ਜਾਣਾ ਕਿ ਬਾਕੀ ਸਕੂਲਾਂ ਨੂੰ ਵੀ ਟ੍ਰੇਨਿੰਗ ਦੇ ਸਕਣ? ਆਪਦੇ ਕੋਲੀਗਸ ਨੂੰ ਆ ਕੇ ਪਹਿਲਾਂ ਟ੍ਰੇਨਿੰਗ ਹੋਵੇ, ਫਿਰ 36 ਦਾ ਜਿਹੜਾ ਅਸੀਂ ਉਹਦਾ ਪੱਧਰ ਦਾ ਵੀ ਅਸੀਂ ਚੈੱਕ ਰੱਖਾਂਗੇ ਕਿ ਕੀ ਫਰਕ ਪਿਆ। ਉਸ ਤੋਂ ਬਾਅਦ ਅਗਲੇ ਬੈਚ ਵੀ ਜਾਣਗੇ, ਫਿਨਲੈਂਡ ਵੀ ਜਾਣਗੇ, ਬਹੁਤ ਸਾਰੇ ਜਿੱਥੇ ਵੀ ਟੀਚਿੰਗ ਟ੍ਰੇਨਿੰਗ ਦੇ ਕੋਈ ਲੇਟੈਸਟ ਤਰੀਕੇ ਹੈਗੇ ਨੇ, ਅਸੀਂ ਕੋਈ ਛੱਡਾਂਗੇ ਨਹੀਂ। ਅਤੇ ਐਜੂਕੇਸ਼ਨ ਵਾਸਤੇ ਅਸੀਂ ਬਜਟ ਵੀ ਬਹੁਤ, ਜਿਹੜਾ ਆਉਣ ਵਾਲੇ ਬਜਟ 'ਚ ਵੀ ਵਧਾ ਰਹੇ ਹਾਂ ਐਜੂਕੇਸ਼ਨ ਦਾ ਬਜਟ। ਸੋ ਸਾਡੇ ਪੰਜਾਬ ਦਾ ਕੋਈ ਬੱਚਾ ਜਦੋਂ ਕਿਤੇ ਜਾਵੇ ਤਾਂ ਉਹਨੂੰ ਇਹ ਪੁੱਛਿਆ ਜਾਵੇ ਤੂੰ ਕਿੱਥੇ ਪੜ੍ਹਿਆ ਹੋਇਆ, ਜਦੋਂ ਉਹ ਕਹੇ ਮੈਂ ਪੰਜਾਬ ਦਾ ਸਟੂਡੈਂਟ ਹਾਂ, ਪੰਜਾਬ ਤੋਂ ਮੈਂ ਡਿਗਰੀ ਲਈ ਹੈ, ਤਾਂ ਇਹ ਜਿਹੜੇ ਇੰਟਰਵਿਊ ਲੈਣ ਵਾਲੇ ਨੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਇਹਦਾ ਮਤਲਬ ਜਿਹੜਾ ਪੰਜਾਬ ਤੋਂ ਆਇਆ ਇਹਦਾ ਮਤਲਬ ਉਹਦੇ ਕੋਲ ਲੇਟੈਸਟ ਟੈਕਨੀਕਸ ਹੈਗੀਆਂ ਨੇ ਐਜੂਕੇਸ਼ਨ ਦੀਆਂ, ਉਹਦੇ ਉਹ ਲੇਟੈਸਟ ਪੜ੍ਹਾਈ ਕਰਕੇ ਇੱਥੇ ਸਾਡੇ ਕੋਲ ਆਇਆ। ਸਿੰਗਾਪੁਰ ਜਾਣ ਦੀ ਵਜ੍ਹਾ ਕੀ ਹੈ, ਮਤਲਬ ਕਿਸੇ ਹੋਰ ਮੁਲਕ ਵੀ ਜਾਇਆ? ਸਿੰਗਾਪੁਰ ਦੇ ਵਿੱਚ ਇੱਕ ਅਕੈਡਮੀ ਹੈ, ਪ੍ਰਿੰਸੀਪਲਸ ਅਕੈਡਮੀ, ਜੋ ਕਿ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਕਾਫੀ ਮੁਲਕਾਂ ਤੋਂ ਜਿਹੜੇ ਟੀਚਰ ਨੇ ਉੱਥੇ ਟ੍ਰੇਨਿੰਗ ਲੈਣ ਆਉਂਦੇ ਨੇ, ਅਤੇ ਸਿੰਗਾਪੁਰ 'ਚ IIT ਵੀ ਸਿੰਗਾਪੁਰ ਦੇ ਵਿੱਚ ਹੈਗੀ ਹੈ, ਜਿਹਦੀ ਦਿੱਲੀ ਨਾਲ ਸਾਡੀ ਕੋਲਾਬਰੇਸ਼ਨ ਚੱਲ ਰਹੀ ਹੈ। ਇੱਕ IIT ਅਸੀਂ ਉੱਥੇ ਖੋਲ੍ਹੀ ਹੋਈ ਹੈ ਦਿੱਲੀ ਦੇ ਵਿੱਚ, ਸਿੰਗਾਪੁਰ ਦੀ ਕੋਲਾਬਰੇਸ਼ਨ ਨਾਲ। ਸੋ ਸਿੱਖਣ ਵਾਸਤੇ ਕਿਤੇ ਵੀ ਜਾਇਆ ਜਾ ਸਕਦਾ, ਕੋਈ ਵੱਡਾ ਛੋਟਾ ਨਹੀਂ, ਸਿੱਖਿਆ ਤਾਂ ਕਿਤੋਂ ਵੀ ਜਾ ਸਕਦਾ, ਬਟ ਕਿਸੇ ਬੱਚੇ ਤੋਂ ਵੀ ਸਿੱਖਿਆ ਜਾ ਸਕਦਾ। ਸੋ ਅੱਜ ਮੈਂ ਵਧਾਈ ਵੀ ਦੇਊਂਗਾ ਸਾਡੇ ਐਜੂਕੇਸ਼ਨ ਮਿਨਿਸਟਰ ਮਿਸਟਰ ਹਰਜੋਤ ਬੈਂਸ ਜੀ ਔਰ ਸਾਡੇ ਸੈਕਟਰੀ ਐਜੂਕੇਸ਼ਨ ਔਰ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਇੰਨਾ ਵੱਡਾ ਇਨੀਸ਼ੀਏਟਿਵ ਲਿਆ, ਅਤੇ ਅੱਜ ਉਹ ਸਾਰੇ ਪ੍ਰਿੰਸੀਪਲ ਜਿਹੜੇ ਮਿਲ ਕੇ ਗਏ ਨੇ ਉਹ ਇਹੀ ਕਹਿ ਕੇ ਗਏ ਨੇ ਜੀ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਸਾਨੂੰ ਐਕਸਪੀਰੀਅੰਸ ਹੋਊਗਾ ਕਿ ਅਸੀਂ ਆ ਕੇ ਆਪਣੇ ਪਿਆਰੇ ਬੱਚਿਆਂ ਨੂੰ ਜਿਹੜਾ ਉਹ ਆਪਣਾ ਤਜਰਬਾ ਹੋਰ ਵਧੀਆ ਤਰੀਕੇ ਨਾਲ ਜਿਹੜਾ ਸਾਂਝਾ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਬਣਾਵਾਂਗੇ। ਸੋ ਜੇ ਮਾਲੀ ਜਿਹੜਾ ਉਹ ਆਪਣੇ ਬਾਗ ਨੂੰ ਚੰਗੀ ਤਰ੍ਹਾਂ ਸਿੰਜਦਾ ਤਾਂ ਉਹਦੇ ਜਿਹੜੇ ਲਾਏ ਹੋਏ ਬੂਟੇ ਨੇ ਉਹ ਫਲ ਫੁੱਲ ਅਤੇ ਛਾਂ ਦਿੰਦੇ ਨੇ। ਸੋ ਅਸੀਂ ਆਪਣੇ ਵੱਲੋਂ ਕੋਈ ਐਫਰਟ ਨਹੀਂ ਛੱਡਾਂਗੇ, ਪੰਜਾਬ ਦੇ ਸਕੂਲਾਂ ਨੰਬਰ 1 ਬਣਾਇਆ ਹੈ। ਤੁਹਾਡੇ ਜਿਹੜੇ ਉਪਰਾਲੇ ਨੇ ਐਮਐਲਏ ਮੰਤਰੀ ਦਾ ਬੱਚਾ ਵੀ ਜਿਹੜਾ ਸਰਕਾਰੀ ਸਕੂਲ 'ਚ ਪੜ੍ਹ ਸਕਦਾ ਹੈ, ਉਹਦੇ ਨਾਲ ਸਰਾਣਗੇ ਬਹੁਤ, ਕਿਉਂਕਿ ਪਹਿਲਾਂ ਲੋਕ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਵੱਲੋਂ ਜ਼ਿਆਦਾ ਵੱਧਦੇ ਸੀ, ਹੁਣ ਇਹ ਹੋਊਗਾ ਕਿ ਸਰਕਾਰੀ ਸਕੂਲਾਂ ਦੀ ਤਰਫ ਪਹਿਲਾਂ ਸੋਚਣਗੇ, ਬਾਅਦ 'ਚ ਪ੍ਰਾਈਵੇਟ ਸਕੂਲ ਦੀ। ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਦਿੱਲੀ 'ਚ ਹੋਇਆ ਇਸ ਵਕਤ, ਦਿੱਲੀ ਦੇ ਵਿੱਚ ਲੋਕ ਜਿਹੜੇ ਪ੍ਰਾਈਵੇਟ ਸਕੂਲਾਂ 'ਚੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ 'ਚ ਲਾ ਰਹੇ ਨੇ, ਔਰ ਕਿਉਂਕਿ ਦਿੱਲੀ ਦੇ ਵਿੱਚ ਇੱਕ ਮਜ਼ਦੂਰ ਦਾ ਬੱਚਾ, ਇੱਕ ਝੁੱਗੀ ਚੌਪੜੀਆਲ ਦਾ ਬੱਚਾ, ਇੱਕ ਜੱਜ ਦਾ ਬੱਚਾ ਇੱਕੋ ਬੈਂਚ 'ਤੇ ਬਹਿ ਕੇ ਪੜ੍ਹ ਰਹੇ ਨੇ, ਇੱਕੋ ਕਿਤਾਬ ਪੜ੍ਹ ਰਹੇ ਨੇ। ਨਹੀਂ ਤਾਂ ਇੱਥੇ ਬਹੁਤ ਫਰਕ ਸੀਗਾ, ਜਿਹੜੇ ਅਮੀਰ ਨੇ ਉਹਨਾਂ ਦੀਆਂ ਕਿਤਾਬਾਂ ਹੋਰ ਨੇ, ਉਹਨਾਂ ਦੇ ਸਕੂਲ ਹੋਰ ਨੇ, ਉਹਨਾਂ ਦੇ ਟੀਚਰ ਹੋਰ ਨੇ, ਗਰੀਬਾਂ ਦੇ ਜਿਹੜੇ ਕਿਤਾਬਾਂ ਹੋਰ ਨੇ, ਸਿਲੇਬਸ ਹੋਰ ਹੈ। ਸੋ ਅਸੀਂ ਜਦੋਂ
सब कुछ एक करता लैवल एक करता ये फिर लोग पंजाब आने वाले महीने मैं कह सकता कि पंजाब के लोगों की मर्जी होगी जो प्राइवेट पढ़ाने प्राइवेट पढ़ा लो जो सरकारी पढ़ाने सरकारी पढ़ा लो पढ़ाई कोई फर्क नहीं हाँ उधर फीस देनी पू इधर फीस देना।